ਆਈ ਲਵ ਯੂ। ਨਹੀਂ ਇਹ ਚੁੰਮੇ ਕਿਉਂ ਲੈ ਰਹੇ ਤੁਸੀਂ? ਚਲੋ ਜੀ ਮੈਂ ਨਹੀਂ ਲੈਂਦਾ ਚੁੰਮਾ, ਤੇਰੀ ਭੈਣ ਦਾ ਚੁੰਮਾ ਲੈ ਲਿਆ ਮੈਂ। ਯਾਰ ਤੈਨੂੰ ਕਿੰਨੀ ਕੁ ਕਾਲ ਹੈ? ਕੁੱਤੇ ਦੇ ਆ ਬੱਚੇ, ਕੁੱਤੇ ਦੇ ਆ ਬੱਚੇ, ਆ ਕਰਾਵੀ ਦਾ ਗਰਮੀ ਦਾ ਕੀ ਹਾਲ? ਉਹ ਭਾਈ ਰਾਮ ਨਾਲ ਬੋਲ ਕੀ ਆ, ਰਾਮ ਨਾਲ ਰਾਮ ਨਾਲ ਇੰਜ ਖਲੋ ਕੇ ਤੇ ਇਹਨਾਂ ਨੇ ਕਹਿਣਾ ਆਈ ਲਵ ਯੂ। ਓ ਪੱਪਾ ਜੀ ਕੀ ਜੇ ਮੇਰਾ ਸ਼ਾਟ ਹੈ, ਮੈਂ ਤੁਹਾਡੇ ਮੂੰਹ ਤੇ ਲਿਖਿਆ। ਹਾਂ ਮੂੰਹ ਤੇ ਲਿਖ, ਆਪਣੇ ਮੂੰਹ ਤੇ ਲਿਖ, ਮੇਰੇ ਤਾਂ ਬੁਰਾ ਮੂੰਹ ਹੈ ਤੇਰਾ। ਤੁਸੀਂ ਘੋੜੀ ਤੇ ਚੜ ਕੇ ਇਹਨਾਂ ਨੂੰ ਕਹਿਣਾ ਆਈ ਲਵ ਯੂ, ਠੀਕ ਹੈ? ਤੁਸੀਂ ਇਹਨੂੰ ਕਹਿਣਾ ਜਾਵੇ ਸਮੁੰਦਰੀ ਘੋੜਿਆ, ਸਮੁੰਦਰੀ ਘੋੜਿਆ ਤੇਰੇ ਸੀਨ ਦਾ, ਤੇਰੇ ਸੀਨ ਦਾ ਜਿਹੜਾ ਸੀਨ। ਅਸੀਂ ਵੇਲੇ ਲੋਕ, ਅਸੀਂ ਵੇਲੇ ਲੋਕ, ਅਸੀਂ ਵੇਲੇ ਲੋਕ ਵੇਲੇ ਬਕਵਾਸ ਕਰੇਗਾ। ਕੁੱਤੇ ਦਾ ਬੱਚਾ, ਕੁੱਤੇ ਦਾ ਬੱਚਾ ਕੀ ਹੋਏਗਾ? ਸਹੀ ਕਰਾ ਲਾ, ਸਹੀ ਪਰ ਆ ਜਾ, ਤੈਨੂੰ ਤੂੰ ਪਰ ਆ ਜਾ, ਭੈਣ ਦੀ ਤਲਾਕ ਕਰਾਉਣ ਡਿਆ ਬੈਗ ਹੈ ਬੱਚੇ, ਪਾਗਲ ਕਰ ਛੜਿਆ ਕਿਰਨ, ਤੂੰ ਪਾਗਲ ਕਰਾਤਾ ਆ ਕੇ ਸਾਨੂੰ ਛੋੜ ਦੱਸ, ਮਤਲਬ ਇੱਕ ਮਿੰਟ ਸਬਰ ਤੇ ਕਰੋ। ਆ ਮੈਂ ਸਬਰ ਹੀ ਕੀਤਾ, ਸੁਣਾ ਇਹਨਾਂ ਨੂੰ ਸ਼ਾਇਦ ਕੋਈ ਅੱਗੋ ਅੱਛਾ ਲਿਖਿਆ ਹੋਵੇ। ਓਏ ਇਹਨਾਂ ਦੇ ਕੋਲੋਂ ਅੱਛੀ ਸੋਚ ਭਾਜੀ, ਮੈਨੂੰ ਸੀਨ ਤੇ ਸਮਝਾ ਲੈਂਦੇ ਹੋ ਤੁਹਾਡੀ, ਇਹ ਸੀਨ ਦੇ ਬਹਾਨੇ ਤੇਰੇ ਕੋਲ ਬੈਂਦਾ ਹੈ? ਨਹੀਂ ਨਹੀਂ ਭਾਜੀ, ਮੈਂ ਤੇ ਸਾਡੀ ਹੀਰਵਨ ਹੈ, ਮੇਰੀ ਗੱਲ ਸੁਣੋ। ਇੰਜ ਹੀ ਅੰਨੇ ਹੁੰਦੇ ਹੋ ਤੁਸੀਂ ਸਾਰੇ ਹੀਰਵਨ ਹੈ। ਚੁੱਪ ਕਰੋ ਜਰਾ, ਮੈਨੂੰ ਪਤਾ ਕਰ ਲੈਣ ਦੋ। ਚਲੋ ਚਲੋ ਕਰਾਓ, ਕਰੋ ਸ਼ਾਇਦ ਕੋ ਅੱਛਾ ਜਿਹਾ ਹੋਵੇ, ਵੇਖਣਾ ਜਰਾ। ਅੱਛਾ ਇਹਨਾਂ ਕੋ ਸੀਨ ਦਵੋ, ਲਿਆਓ। ਅੱਛਾ ਜੀ ਇੱਧਰ ਆਓ, ਇੱਧਰ ਆਓ, ਵੇਖੀ ਤਾਂ ਹੁੰਦਾ ਅੱਛਾ ਦੇਗਾ ਸੀਨ, ਠਹਿਰੋ ਜਰਾ, ਚੁੱਪ ਕਰੋ। ਲੋ ਸਰ, ਸਰ ਜੀ ਇਹ ਫੜੋ, ਲਿਆਓ ਰਾਂ, ਲਿਆਓ ਰਾਂ, ਆ ਲਿਆ। ਹਾਂ ਦੱਸ ਮੈਡਮ ਜੀ, ਅਸੀਂ ਇਹਨਾਂ ਸਮਝ ਲਓ, ਦੇਖੋ ਜੀ ਇਹਨਾਂ ਨੇ ਨਾ ਤੁਹਾਨੂੰ ਆਈ ਲਵ ਯੂ ਕਹਿਣਾ ਮੈਨੂੰ, ਠੀਕ ਹੋ ਗਿਆ? ਇਹ ਤੁਹਾਨੂੰ ਕਹਿਣ ਦੇ ਆਈ ਲਵ ਯੂ, ਅਤੇ ਉਹ ਫਿਰ ਤੁਹਾਨੂੰ ਮੈਂ ਬਾਅਦ ਹੀ ਦੱਸਾਂਗਾ, ਅਸੀਂ ਇੱਥੋਂ ਕੱਟ ਕਰਾਂਗੇ ਜੀ, ਕੱਟ ਕਰਕੇ ਅੱਗੋਂ ਤੁਸੀਂ ਕੀ ਬੋਲਣਾ, ਤੁਹਾਡਾ ਲੌਂਗ ਸ਼ਾਟ ਲਾਂਗੇ ਅਸੀਂ ਜੀ ਜੀ। ਵੇਖੋ ਇਹ ਗਲਤ ਗੱਲ ਹੈ, ਵੇਖ ਲੋ ਤੁਸੀਂ ਲੜਨ ਆਉਂਦੇ ਹੋ ਸਾਡੇ ਨਾਲ? ਮੈਂ ਲੜਨ ਨਹੀਂ ਆਉਂਦਾ, ਤੂੰ ਲੜਾਈ ਵਾਲੇ ਕੰਮ ਪਾਉਂਦਾ ਤੇ ਆ ਕੁੱਤੇ ਦੇ ਬੱਚੇ ਦੀ ਕਹਿਣ ਤੇ, ਕੁੱਤੇ ਦੇ ਬੱਚੇ ਦੀ ਕਹਿਣ ਤੇ। ਨਹੀਂ ਮੇਰੀ ਗੱਲ ਸੁਣੋ, ਤੁਸੀਂ ਜਿਵੇਂ ਕਿਹਾ ਸੀ ਮੈਡਮ ਦਾ ਕਿ ਮੈਂ ਉਹਦੇ ਨਾਲ ਕੰਮ ਨਹੀਂ ਕਰਨਾ ਚਾਹ ਰਿਹਾ, ਠੀਕ ਹੈ? ਪਿਛਲੀ ਹੀਰਵਨ ਨਾਲ ਵੀ ਤੁਸੀਂ ਲੜੇ, ਉਸ ਤੋਂ ਪਿਛਲੀ ਹੀਰਵਨ ਨਾਲ ਵੀ ਤੁਸੀਂ ਲੜੇ, ਬਾਅਦ ਵਿੱਚ ਤੁਸੀਂ ਕਹਿ ਦਿੱਤਾ ਕਿਰਨ ਜੱਟ ਨੂੰ ਲੈ ਕੇ ਆਓ। ਅਸੀਂ 7-8 ਦਿਨਾਂ ਤੋਂ ਮੈਡਮ ਜੀ ਤੁਹਾਡੇ ਘਰ ਜਾਂਦੇ ਹਾਂ, ਜਿਵੇਂ ਮੈਂ ਤੁਹਾਨੂੰ ਦੱਸਿਆ, ਠੀਕ ਹੈ? ਇਹ ਵਾਕਈ ਇਹ ਬੁਰਾ ਬੁਰਾ ਤੁਹਾਨੂੰ ਆਉਂਦੇ ਸਨ? ਫਿਰ ਬਕਵਾਸ ਕਰਨ ਡੇ, ਬਦਤਮੀਜ਼ ਆ, ਨਹੀਂ ਮੈਂ ਕਿ ਬੁਰਾ, ਮੇਰੀ ਗੱਲ ਸੁਣ, ਪਿਛਲੀਆਂ ਜਿਹੜੇ ਮੇਰੇ ਤੱਲਾ ਖਰਾਬ ਕਰਨ ਡੇ ਬੇਗਰਤ ਇਨਸਾਨ, ਪਿਛਲੀਆਂ ਗੱਲਾਂ ਜਿਹੜੀਆਂ ਵੀ ਨਾ ਸਾਡਾ ਆਪਸ ਦਾ ਮਾਮਲਾ ਹੈ, ਉਹ ਮੈਨੂੰ ਕੁਝ ਕਹਿਣ ਨਾ ਕਹਿਣ, ਮੈਂ ਉਹਨਾਂ ਨੂੰ ਕੁਝ ਕਵਾਂ ਨਾ ਕਵਾਂ, ਵਿੱਚ ਤੂੰ ਕੌਣ ਹੈ? ਤੂੰ ਮਾਮਾ ਫੈਮਿਲੀ ਮੈਂਬਰ ਕਿਉਂ ਬਣਨਾ ਸਾਡਾ? ਚੁੱਪ ਕਰ ਜਾ। ਦੇਖੋ ਮੈਡਮ ਜੀ ਗੱਲ ਹੈ ਵੇ, ਮੈਂ ਫਿਲਮ ਤੁਹਾਡੇ ਦੋਵਾਂ ਦੇ ਉੱਤੇ ਲਿਖੀ ਜੀ ਜੀ, ਹੁਣ ਫਿਲਮ ਲਿਖ ਬੈਠਾ, ਤੁਹਾਨੂੰ ਇੱਕ ਪਤਾ ਹੈ ਕਿ ਇੱਕ ਬੰਦੇ ਨੇ ਫਿਲਮ ਲਿਖੀ ਹੋਵੇ, ਐਡਵਾਂਸ ਵੀ ਦਿੱਤਾ ਹੋਵੇ, ਕੰਮ ਨਾ ਹੋਵੇ, ਉਹ ਬੰਦਾ ਕਿੱਡਾ ਪਰੇਸ਼ਾਨ ਹੋ ਜਾਵੇ। ਇਹਨੇ ਕਿਹੜਾ ਐਡਵਾਂਸ ਸਾਨੂੰ 7 ਕਰੋੜ ਦਿੱਤਾ, ਹਰ 5 ਮਿੰਟ ਬਾਅਦ ਮੈਂ ਐਡਵਾਂਸ ਦਿੱਤਾ, ਮੈਂ ਪੈਸੇ ਦਿੱਤੇ, ਉਹ ਕਿੰਨੇ ਕੁ ਪੈਸੇ ਦਿੱਤੇ ਨੇ ਸਾਨੂੰ? ਭਾਜੀ ਮੈਂ ਉਹਨਾਂ ਨੂੰ ਦਿੱਤੇ ਨੇ, ਵੇਖੋ ਮੇਰੀ ਗੱਲ, ਉਹਨਾਂ ਨੂੰ ਦਿੱਤੇ, ਉਹਨਾਂ ਦੀ ਮੇਰੀ ਗੱਲ ਇੱਕ, ਓਏ ਤੂੰ ਨਾ ਵੇਹ ਕੁੜੀ ਆ ਵਦਿਆ ਪੁੱਤਰਾ, ਅੰਨੀ ਅੱਖਾਂ ਕਰ ਦਿਆਗਾ ਮੈਂ ਤੇਰੀ, ਅੱਖੇ ਚੁੰਗਲ ਮਾਰ ਕੇ ਕਰ ਦਿਆਗਾ ਤੇਰੀ ਬਾਰ ਮੈਂ। ਦੇਖੋ ਇਸ ਤਰ੍ਹਾਂ ਕੰਮ ਵੇਖੋ ਨਾ ਮੈਡਮ ਜੀ, ਇੰਜ ਤੇ ਕੰਮ ਨਹੀਂ ਹੋ ਸਕਦਾ। ਹੁਣ ਤੂੰ ਕੋਈ ਸ਼ਾਰਟ ਦੱਸੇਂਗਾ ਤੇ ਸਾਨੂੰ ਫੇਰ
ਤੁਹਾਨੂੰ ਸ਼ਾਰਟ ਦੱਸਣ ਦੀ ਕੋਸ਼ਿਸ਼ ਕਰਨਾ ਵਾ ਤੁਸੀਂ ਦੱਸ ਕੀ ਆ ਇੱਕ ਮਿੰਟ ਚੁੱਪ ਤੇ ਕਰੋ ਤੁਸੀਂ ਚੱਲ ਲੈ ਇਹਨੂੰ ਤੂੰ ਕਰ ਲੈ ਚੱਲ ਜਲਦੀ ਦੱਸ ਕੋਈ ਸ਼ਾਰਟ ਦੱਸ ਜਲਦੀ ਵੀ ਹੁਣ ਕਿੱਥੇ ਸ਼ਾਰਟ ਲੈਣਾ ਕੀ ਲੈਣਾ ਮੇਰਾ ਕੰਮ ਮਹੀਨਾ ਲੱਗੇ ਮੇਰਾ ਲੱਗੇ ਦੋ ਮੇਰਾ ਲੱਗੇ ਸਾਲ ਬਿਲਕੁਲ ਤੁਸੀਂ ਮੈਨੂੰ ਡੇਟਾਂ ਦੇਣੀਆਂ ਕਰਨੀਆਂ ਨੇ ਬਿਲਕੁਲ ਤੁਸੀਂ ਕੰਮ ਜਿੱਥੇ ਮਰਜ਼ੀ ਕਰੋ ਆਪਣਾ ਠੀਕ ਤੁਸੀਂ ਕਰੋ ਤੁਸੀਂ ਵੀ ਸਰ ਜੀ ਸਰ ਤੁਸੀਂ ਅਸੀਂ ਤੇਰਾ ਠੇਕਾ ਲਿਆ ਵੇ ਤੁਸੀਂ ਜਿੱਥੇ ਮਰਜ਼ੀ ਕਰੀਏ ਤੈਨੂੰ ਵਾਧਾ ਟਾਈਮ ਦੇਈਏ ਉਹਨਾਂ ਨੂੰ ਟਾਈਮ ਨਾ ਦੇ ਜਿੰਨਾ ਜ਼ਿਆਦਾ ਪੈਸੇ ਸਾਨੂੰ ਦਿੱਤੇ ਇਹਦੇ ਮੈਂ ਵੀ ਜ਼ਿਆਦਾ ਦਿੱਤੇ ਤੂੰ ਕੋਈ ਨਹੀਂ ਜ਼ਿਆਦਾ ਦਿੱਤੇ ਇੰਨੇ ਕੁ ਪੈਸੇ ਤੇ ਅਸੀਂ ਇੰਨੇ ਇੰਨੇ ਪੈਸੇ ਲੈਂਦੇ ਹਾਂ ਵੇਖ ਲਓ ਇਹ ਗਲਤ ਗੱਲ ਹੈ ਨਾ ਫਿਰ ਇਹ ਚੀਜ਼ਾਂ ਅੱਛੀਆਂ ਨਹੀਂ ਤੁਸੀਂ ਵੀ ਅੱਛੀ ਗੱਲ ਨਹੀਂ ਕਰ ਰਹੇ ਤੁਸੀਂ ਬਦਨਾਮ ਕਰ ਵੇਖੋ ਮੈਡਮ ਜੀ ਤੁਸੀਂ ਬਹੁਤ ਅੱਛੇ ਇਨਸਾਨ ਹੋ ਮੈਂ ਬਾਂਦਰ ਹਾਂ ਮੈਂ ਬਾਂਦਰ ਹਾਂ ਗਲਤ ਗੱਲ ਵੇਖੋ ਜੀ ਮੈਂ ਉਹਨਾਂ ਲੋਕਾਂ ਨੂੰ ਨਹੀਂ ਜਾਣਦਾ ਮੈਂ ਆਪਣੇ ਕੰਮ ਦਾ ਮਾਲਕ ਤੂੰ ਨਹੀਂ ਜਾਣਦਾ ਮੈਂ ਤੈਨੂੰ ਨਹੀਂ ਜਾਣਦਾ ਜਿੰਨਾ 5000 ਫਿਲਮ ਲਿਖੀ ਹੈ ਉਹਨਾਂ ਨੂੰ ਕਹਿ ਰਿਹਾ ਬਦਤਮੀਜ਼ ਆਦਮੀ ਹੈ ਤੂੰ ਇਹ ਬਦਤਮੀਜ਼ ਆਦਮੀ ਭਾਜੀ ਮੇਰੇ ਭਰਾ ਨੇ ਇਹ ਫਿਲਮ ਲਿਖੀ ਹੈ ਇਹਦੀ ਭੈਣ ਦਾ ਫੁੱਟ ਕੁੜੀ ਦਾ ਲਿਖਿਆ ਇਹਦੀ ਮਾਂ ਦੀ ਓਏ ਇੱਕ ਮਿੰਟ ਕੀ ਹੈ ਭਾਈ ਉਹ ਭਾਈ ਮੇਰੀ ਗੱਲ ਸੁਣੋ ਇਸ ਤਰ੍ਹਾਂ ਓਏ ਨੇ ਭਾਜੀ ਉਹਨੇ ਫਿਲਮ ਕਹੀ ਨਹੀਂ ਕਹੀ ਨਹੀਂ ਹੈ ਉਹਦੇ ਵੇਖੋ ਐ ਗੱਲ ਸ਼ਾਰਟ ਤੇ ਇੱਕ ਭਾਜੀ ਮੇਰੀ ਗੱਲ ਸੁਣੋ ਸ਼ਾਰਟ ਤੇ ਕਰ ਲੈਂਦੇ ਹੋ ਕਰ ਲੈ ਕਰਾ ਚੋਗਾ ਜਾ ਸ਼ਾਰਟ ਕਰ ਲਾ ਮੈਂ ਭਾਜੀ ਇਹ ਸਾਡੀ ਇੱਕ ਮਿਹਨਤ ਹੈ ਤੁਸੀਂ ਇੰਜ ਹੋ ਜਾ ਮਿਹਨਤ ਤੇ ਬੱਤੀ ਬਣਾ ਕੇ ਪੂਰੀ ਲੈ ਲੈ ਮਿਹਨਤ ਨਹੀਂ ਇਸ ਤਰ੍ਹਾਂ ਤੇ ਨਹੀਂ ਫਟਾਫਟ ਦੱਸੋ ਫਿਰ ਨਾਰਾਜ਼ ਹੋਣਗੇ ਫਟਾਫਟ ਬੋਲ ਕੀ ਸੀਨ ਤੁਸੀਂ ਨਾ ਇਹ ਦੇਖੋ ਇੱਧਰ ਆਓ ਜੀ ਕੈਮਰਾ ਕੁੜੀ ਆਵੇ ਮਨੂੰ ਇੱਧਰ ਲੈ ਕੇ ਆਓ ਕੈਮਰਾ ਬਣਾ ਜਾ ਉਹ ਭਾਜੀ ਸ਼ਾਰਟ ਦਾ ਹੁਣ ਸ਼ਾਰਟ ਨਾ ਸ਼ਾਰਟ ਕਿੰਨੀ ਕੁ ਦੇਣ ਨੂੰ ਸ਼ਾਰਟ ਬਣਾਣੇ ਦੇਖੋ ਮੈਡਮ ਜੀ ਤੁਹਾਡੀ ਜ਼ਿੰਮੇ ਸ਼ਾਰਟ ਦੇ ਵੇਖ ਲਵੋ ਇੱਥੇ ਕੈਮਰਾ ਲਾ ਯਾਰ ਇੱਥੇ ਕੈਮਰਾ ਲਾ ਕੈਮਰਾ ਲਾਓ ਮੈਡਮ ਜੀ ਇਨਸ਼ਾਲਾ ਐਸਾ ਐਸਾ ਦੇਖੋ ਫਿਲਮ ਬਣਾਉਣੀ ਸ਼ੁਰੂ ਕੀਤੀ ਹੈ ਕੋਈ ਸਪੋਂਸਰ ਮੈਨੂੰ ਆਉਂਦਾ ਹੈ ਠੀਕ ਹੈ ਫਿਰ ਮੈਂ ਲੋਕੇਸ਼ਨਾਂ ਵੀ ਚੇਂਜ ਕਰਾਂਗਾ ਮੇਰੇ ਕੋਲ ਸਪੋਂਸਰ ਪਤਾ ਹੀ ਕਿਹੜਾ ਹੋਣਾ ਤੈਨੂੰ ਫਨੀਅਰ ਸੱਪ ਦਾ ਸਪੌਂਸਰ ਹੋਣਾ ਜਿਹੜਾ ਤੇਰੇ ਪੈਰ ਤੇ ਲੜ ਕੇ ਤੂੰ ਮਰ ਜਾਵੇਂ ਸਾਡੀ ਜਾਨ ਛੱਡ ਦੇਵੇਂ ਨਹੀਂ ਇਹ ਦੇਖੋ ਮੇਰੀ ਇਹਦੀ ਵਜ੍ਹਾ ਨਾਲ ਮੈਨੂੰ ਪਸੀਨਾ ਆਉਂਦਾ ਇਹਦੀ ਵਜ੍ਹਾ ਨਾਲ ਮੈਂ ਕਿਸੇ ਦੇ ਮੈਨੂੰ ਹਾਰਟ ਅਟੈਕ ਕਰਾ ਦੇਗਾ ਬੇਗਾਰਤ ਆਦਮੀ ਕੈਮਰਾ ਸੈੱਟ ਕਰੋ ਯਾਰ ਫੜਨ ਹੋ ਗਿਆ ਇੱਥੇ ਰੱਖੋ ਕੈਮਰੇ ਸੈੱਟ ਕਰੋ ਇਹਦੀ ਭੈਣ ਨੂੰ ਸੈੱਟ ਕਰ ਨਹੀਂ ਇਹ ਗਲਤ ਗੱਲ ਹੈ ਭਾਈ ਮੇਰੀ ਭੈਣ ਨੂੰ ਕੌਣ ਸੈੱਟ ਕਰੇ ਮੇਰਾ ਤੇ ਭਰਾ ਹੈ ਉਹ ਆਪਣੀ ਭੈਣ ਨੂੰ ਸੈੱਟ ਕਰੇਗਾ ਇਹੋ ਜਿਹਾ ਕੰਜਰ ਭਰਾ ਹੀ ਬਣਾਇਆ ਚੁੱਪ ਤੇ ਕਰੋ ਸ਼ਾਰਟ ਤੇ ਵੇਖ ਲੈ ਲੈ ਯਾਰ ਸ਼ਾਰਟ ਤੋਂ ਵੀ ਇੱਕ ਸ਼ਾਰਟ ਲੈ ਸ਼ਾਰਟ ਦੇਖੋ ਮੈਡਮ ਜੀ ਤੁਸੀਂ ਇੱਥੇ ਖੜੇ ਹੋਣਾ ਜੀ ਇਹ ਆਪ ਖੜੇ ਆ ਇਹ ਖੜੇ ਆ ਇਧਰ ਆਏ ਜੀ ਇਧਰ ਆਉਂ ਜੀ ਇਹ ਆਪ ਖੜੇ ਇਹ ਮੈਂ ਖੜੀ ਇਹ ਖੜੇ ਸਰ ਜੀ ਆਏ ਜ਼ਰਾ ਦੱਸੋ ਦੱਸੋ ਆ ਗਏ ਕਿੱਥੇ ਖਲੋਣਾ ਸਰ ਆਪ ਯਹਾਂ ਖੜੇ ਹੈ ਹਾਂ ਜੀ ਇੱਥੇ ਖਲੋ ਗਏ ਨਾ ਇਧਰ ਐਸੇ ਖੜੇ ਨੇ ਇੱਥੇ ਖਲੋਣਾ ਮੈਂ ਇੱਥੇ ਕਾਰਟੂਨ ਬਣ ਕੇ ਖਲੋ ਜਾ ਸਰ ਮੇਰੀ ਗੱਲ ਸੁਣੋ ਉਹ ਸੁਣਾ ਗੱਲ ਮੈਨੂੰ ਪਰ ਆ ਜਾ ਮੈਨੂੰ ਨਫ਼ਰਤ ਹੈ ਤੇਰੀ ਸ਼ਕਲ ਤੋਂ ਉਹ ਭਾਈ ਜਾਨ ਤੁਸੀਂ ਚੱਲ ਚੱਲ ਪਰ ਓ ਨੋ ਕੀ ਆ ਬਿਆ ਇਹ ਫਿਲਮ ਬਹੀ ਬਣਾ ਰਹੇ ਕੀ ਕਰ ਰਹੇ ਮੈਨੂੰ ਨਹੀਂ ਪਤਾ ਕੀ ਬਣਾ ਰਹੇ ਨਹੀਂ ਇਹ ਕਾਦੀ ਬਦਤਮੀਜ਼ੀ ਹੈ ਬਦਤਮੀਜ਼ੀ ਤੂੰ ਕਹਿੰਦਾ ਇੱਥੇ ਖਲੋ ਇੱਥੇ ਖਲੋ ਕਿ ਦੱਸ ਸੀਨ ਦਾ ਦੱਸੇਗਾ ਤੇ ਸਾਨੂੰ ਪਤਾ ਚੱਲੇਗਾ ਚਲ ਦੱਸ ਨਹੀਂ ਖਲੋ ਜਾ ਤੂੰ ਵੀ ਇਹਦੇ ਨਾਲ ਨਾਲ ਜਾਨੀ ਹੈ ਮੌਰਨ ਬਦਤਮੀਜ਼ ਆਦਮੀ ਦੇ ਨਾਲ ਹੀ ਪ੍ਰੋਡਿਊਸਰ ਨੇ ਪੈਸੇ ਦੇ ਛੱਡ ਦੇ ਪ੍ਰੋਡਿਊਸਰ ਇਹ ਕਾਲਾ ਪ੍ਰੋਡਿਊਸਰ ਹੈ ਪੱਲੇ ਨਹੀਂ ਤੇਲਾ ਤੇ ਕਰਦੀ ਮੇਲਾ ਵੇਲਾ ਭਾਜੀ ਮੇਰੀ ਗੱਲ ਸੁਣੋ ਉਹ ਇਸ ਤਰ੍ਹਾਂ ਚੱਡ ਮਾਰਨ ਦਾ ਕੀ ਵਜ੍ਹਾ ਉਹ ਚੱਲ ਸੀਨ ਦੱਸ ਤੁਸੀਂ ਇਹ ਸੀਨ ਤੁਸੀਂ ਇੰਜ ਜਿਵੇਂ ਤੁਸੀਂ ਸਾਡੇ ਨਾਲ ਲੜਦੇ ਹੋ ਇੰਜ ਸੀਨ ਕਰੋ ਤੇ ਇੰਜ ਹੀ ਗੱਲ ਨਾ ਕਰ ਦੱਸ ਨਾ ਅੱਛਾ ਇਹ ਤੁਸੀਂ ਚੜ ਰਹੇ ਹੋ ਇਸ ਇਹ ਘੋੜੀ ਤੇ ਠੀਕ ਹੈ ਜੀ ਜੀ ਇਹ ਮੈਂ ਸਿੱਧਾ ਕਰਨਾ ਇੰਜ ਤੁਸੀਂ ਘੋੜੀ ਤੇ ਚੜ ਕੇ ਇਹਨਾਂ ਨੂੰ ਕਹਿਣਾ ਆਈ ਲਵ ਯੂ ਠੀਕ ਹੈ ਤੁਸੀਂ ਇਹਨੂੰ ਕਹਿਣਾ
ਜਾਵੇ ਸਮੁੰਦਰੀ ਘੋੜਿਆ, ਸਮੁੰਦਰੀ ਘੋੜਿਆ ਘੋੜੀ ਤੇ ਚੜਨਾ ਪਿਆ, ਨਹੀਂ ਚੜ ਸਕਦਾ ਘੋੜੀ ਤੇ, ਨਹੀਂ ਯਾਰ ਤੂੰ ਉੱਥੇ ਜਾ, ਉੱਧਰ ਜਾ, ਤੂੰ ਕੈਮਰੇ ਕੋ ਖਲੋ, ਬਦਤਮੀਜ਼ੀ ਕਰੀ ਜਾ ਰਹੇ ਨੇ ਸਾਡੇ ਨਾਲ, ਭਾਈ ਕਰ ਤੋ ਬਦਤਮੀਜ਼ੀ ਕਰ, ਬਦਤਮੀਜ਼ੀ ਆ ਮੈਂ ਘੋੜੀ ਤੇ ਚੜ ਸਕਦਾ, ਸ਼ਾਟ ਕਿਆ ਦਲ ਐ ਘੋੜੀ ਤੇ ਚੜਾਓਗੇ ਤੁਸੀਂ ਹੁਣ, ਇਹ ਕਿਹੜਾ ਸ਼ਾਟ ਐ ਤੇਰਾ, ਇਹ ਮੈਨੂੰ ਮੌਤ ਦੇ ਪਾਸੇ ਕਰਦਾ ਪਿਆ, ਓ ਯਾਰ ਤੂੰ ਜਾ ਉੱਥੇ ਯਾਰ, ਓ ਇੱਕ ਮਿੰਟ ਭਾਈ ਕੀ ਜੇ ਉਹਨੂੰ ਕਿਉਂ ਮਾਰਦੇ ਹੋ, ਕਿਉਂ ਮਾਰਦੇ ਹੋ, ਘੋੜੀ ਤੇ ਚੜਨਾ, ਮੈਂ ਘੋੜੀ ਤੇ ਨਹੀਂ ਚੜਨਾ, ਮੈਨੂੰ ਲੱਤ ਬਾਤ ਰੋਣੀ ਪੈਣੀ, ਮੇਰੀ ਗੱਲ ਸੁਣੋ, ਮੇਰੇ ਭਰਾ ਨੇ ਏਡੀ ਮੁਸ਼ਕਲ ਡੇਢ ਮਹੀਨਾ ਲਾ ਕੇ ਇਹ ਘੋੜੀ ਵਾਲਾ ਸ਼ਾਟ ਲਿਖਿਆ, ਇਹ ਡੇਢ ਮਹੀਨਾ ਆਪਣੇ ਫਾਂਸੀ ਲੈ ਕੇ ਮਰ ਜਾ ਕੁੱਤੇ ਦਾ, ਓਏ ਇਹਦਾ ਮੂੰਹ ਹੈ ਡਾਕਟਰ, ਮੇਰੀ ਮੇਰੀ ਗੱਲ ਸੁਣੋ, ਤੁਸੀਂ ਘੋੜੀ ਤੇ ਚੜੋ, ਮੈਂ ਨਹੀਂ ਚੜਨਾ, ਕਿਉਂ ਨਹੀਂ ਚੜਨਾ, ਮੇਰੇ ਕੋਲ ਚੜਿਆ ਨਹੀਂ ਜਾਣਾ, ਮੈਂ ਚੜ, ਮੈਡਮ ਜੀ ਘੋੜੀ ਤੇ ਚੜਨ ਦੇ ਤੇ ਉੱਤੇ ਜਾ ਕੇ ਬੋਲਣ ਦੇ, ਆਈ ਲਵ ਕੀ, ਕਿਉਂ ਨਹੀਂ ਚੜ ਸਕਦੇ, ਮੈਂ ਨਹੀਂ ਚੜ, ਨਹੀਂ ਚੜ ਸਕਦਾ, ਮੈਨੂੰ ਤੱਕਣਾ ਚੜਾ ਨਹੀਂ, ਭਾਈ ਤੁਸੀਂ ਚੜਨਾ ਘੋੜੀ, ਮੈਂ ਨਹੀਂ ਚੜਨਾ, ਕਿਉਂ ਨਹੀਂ ਤੁਸੀਂ ਚੜਨਾ, ਮੇਰੀ ਮਰਜ਼ੀ, ਤੁਸੀਂ ਚੁੱਪ ਕਰੋ, ਮੈਂ ਗੱਲ ਕਰ ਰਹੀ, ਕਰ ਤੂੰ ਗੱਲ, ਨਹੀਂ ਚੜਨਾ, ਸ਼ਾਰਟ ਚੇਂਜ ਕਰ ਘੋੜੀ ਤੇ, ਤੂੰ ਪਾਗਲ ਹੈ, ਕਿਹੜਾ ਪ੍ਰੋਡਿਊਸਰ ਹੈ ਤੂੰ, ਮੇਰੀ ਗੱਲ ਸੁਣੋ ਮੈਡਮ ਜੀ, ਇਹ ਘੋੜੀ ਤੇ ਚੜਨ ਦੇ ਚੜ ਕੇ ਐਡੀ ਜਗ੍ਹਾ ਦੇ ਉੱਤੇ ਖਲੋ ਕੇ ਇੰਜ ਇੰਜ ਖਲੋ ਕੇ ਤੇ ਇਹਨਾਂ ਨੇ ਕਹਿਣਾ ਆਈ ਲਵ ਯੂ, ਉਹ ਪਪਾ ਜੀ ਕੀ ਜੇ ਮੇਰਾ ਸ਼ਾਟ ਹੈ, ਮੈਂ ਤੁਹਾਡੇ ਮੂੰਹ ਤੇ ਲਿਖਿਆ, ਹਾਂ ਮੂੰਹ ਤੇ ਲਿਖ, ਆਪਣੇ ਮੂੰਹ ਤੇ ਲਿਖ, ਮੇਰੇ ਤਾਂ ਬੁਰਾ ਮੂੰਹ ਹੈ ਤੇਰਾ, ਉਹ ਭਾਜੀ ਮੇਰੀ ਗੱਲ ਸੁਣੋ, ਐਸ ਹੁਣ ਮੇਰੀ ਗੱਲ ਸੁਣੋ, ਐਸ ਤਰ੍ਹਾਂ ਚੜ ਕੇ ਤੁਸੀਂ ਸ਼ਾਟ ਬੋਲਣਾ ਆਈ ਲਵ ਯੂ, ਮੈਂ ਨਹੀਂ ਚੜ ਸਕਦਾ, ਮੈਂ ਬਾਹਰ ਹੀ ਬੋਲਦਾ, ਸ਼ਾਟ ਚੇਂਜ ਕਰ, ਅਸੀਂ ਇਹ ਸ਼ਾਟ ਨਹੀਂ ਕਰਨਾ, ਇਹ ਕਰ ਸਕਦੇ ਨੇ, ਤੂੰ ਕਿੰਨਾ ਪਾਗਲ ਹੈ, ਮੈਡਮ ਜੀ ਵੇਖੋ ਜੀ, ਇਹ ਛੋਟਾ ਜਿਹਾ ਸ਼ਾਟ ਹੈ, ਨਹੀਂ ਚੜ ਸਕਦੇ, ਨਹੀਂ ਅਸੀਂ ਇਹ ਸ਼ਾਟ ਨਹੀਂ ਕਰਨਾ, ਮੈਂ ਇਹਨਾਂ ਸੇ ਹੈਲੀਕਾਪਟਰ ਮੰਗਵਾਵਾਂ, ਇੰਨੇ ਕੋ ਸ਼ਾਟ ਲਈ ਬੰਦਾ ਮਰ ਜਾਵੇ, ਤੁਹਾਂ ਦੇ ਕੁਝ ਕਹਿੰਦਾ ਸੌਰੀ ਯਾਰ, ਉੱਤੋਂ ਡਿੱਗ ਪਿਆ, ਉਹ ਬੜੇ ਬਗੈਰਤ ਲੋਕ ਹੋ ਤੁਸੀਂ, ਭਾਈ ਵੇਖੋ ਕੀ ਵੇਖੋ, ਇਹ ਸ਼ਾਟ ਕਰ ਲਓ ਮੈਡਮ, ਮੈਂ ਨਹੀਂ ਜੀ ਸ਼ਾਟ ਕਰਨਾ, ਗੱਲ ਸੁਣੋ ਮੇਰੀ ਗੱਲ ਸੁਣ, ਇੰਨੀ ਤੁਹਾਡੇ ਕੋ ਪੇਮੈਂਟ ਲਿੱਤੀ ਨਾ, ਅਸੀਂ ਤੁਹਾਡੀ ਪੇਮੈਂਟ ਦਾ ਸਾਰਾ ਕੰਮ ਕਰਕੇ ਜਾਵਾਂਗੇ, ਪੇਮੈਂਟ ਤੁਹਾਡੀ ਵਸੂਲ ਕਰਕੇ ਜਾਵਾਂਗੇ, ਲੇਕਿਨ ਇਹ ਸ਼ਾਟ ਇਹ ਨਹੀਂ ਕਰਨਗੇ, ਕੋਈ ਹੋਰ ਸ਼ਾਟ ਕਰਾਓ, ਪੱਕੀ ਗੱਲ ਹੈ, ਚਲੋ ਫਿਰ ਤੁਸੀਂ ਸ਼ਾਟ ਕਰਕੇ ਜਾਣਾ, ਇੱਧਰ ਆਓ ਫਿਰ, ਇਹ ਸਾਈਕਲ ਤੇ ਜਿਹੜਾ ਰਾ ਇੱਥੇ ਆਓ, ਇਹ ਸਾਈਕਲ ਦਾ ਵੀ ਸ਼ਾਟ ਸੀ, ਤੇਰੇ ਆ ਬੱਚਿਆ ਤੂੰ ਐਡੇ ਡਰਾਉਣੇ ਸ਼ਾਟ, ਡਰਾਉਣੇ ਸ਼ਾਟ ਕਿਉਂ ਮੈਨੂੰ ਦੇਣ ਦਿਆ, ਮੈਂ ਸਾਈਕਲ ਤੇ ਚੜ ਹੀ ਨਹੀਂ ਸਕਦਾ, ਮੈਂ ਮੰਜੀ ਤੇ ਨਹੀਂ ਚੜ ਸਕਦਾ, ਮੈਂ ਘਰ ਦੇ ਬਨੇਰੇ ਤੇ ਨਹੀਂ ਚੜ ਸਕਦਾ, ਮੈਂ ਪੌੜੀਆਂ ਨਹੀਂ ਚੜਦਾ, ਤੇ ਉੱਤੋਂ ਮੈਨੂੰ ਸਾਈਕਲ ਨਹੀਂ ਲਾਉਣ ਯਾਰ, ਮੇਰੀ ਫਿਲਮ ਕਿਵੇਂ ਫਿਰ ਮੁਕੰਮਲ ਹੋਈ, ਮੇਰੀ ਫਿਲਮ ਮੁੱਕੇ ਨਾ ਮੁੱਕੇ ਮੈਂ ਨਹੀਂ ਇਹ ਕੰਮ ਕਰਨਾ, ਭਾਜੀ ਤੁਸੀਂ ਮੇਰੀ ਗੱਲ ਸੁਣੋ, ਤੁਸੀਂ ਇੱਥੇ ਬਹਿਣਾ, ਤੁਹਾਡਾ ਮੂੰਹ ਉੱਧਰ ਹੋਵੇਗਾ, ਤੁਸੀਂ ਮੂੰਹ ਉੱਧਰ ਕਰਕੇ ਤੁਸੀਂ ਚਲਾ ਰਹੇ ਹੋ, ਓਏ ਮੈਂ ਪਾਗਲ ਦਾ ਪੁੱਤਰ ਆ, ਮੈਨੂੰ ਥੱਲੇ ਬੱਸ ਵਾਲਾ ਦੇ ਜਾਏ, ਓ ਯਾਰ ਕਿਰਨ ਮੈਨੂੰ ਕਿਹੜੇ ਪਾਸੇ, ਓ ਬੱਸ ਵਾਲਾ ਭਾਜੀ ਇੱਥੇ ਹੀ ਮੈਡਮ ਜੀ, ਇੱਥੇ ਸ਼ਾਟ ਦੇਣਾ, ਮੂੰਹ ਇਹਨਾਂ ਦਾ ਉੱਧਰ ਹੋਵੇਗਾ, ਸਾਈਕਲ ਇਹਨਾਂ ਨਹੀਂ ਚਲਾਉਣਾ, ਓ ਮੈਂ ਸਾਈਕਲ ਕਰਾਂ, ਮੈਂ ਤਿੰਨ ਰਾਤਾਂ ਪੰਜ ਦਿਨ ਸਾਈਕਲ ਚਲਾਉਣ ਦੇ, ਕਹਿ ਰਿਹਾ ਭਲਾ ਕਹਿੰਦਾ ਮੂੰਹ ਉੱਧਰ ਹੋਏਗਾ, ਸਾਈਕਲ ਕਦੀ ਤੂੰ ਪੌੜੀ ਦਾ ਕਰਾਇਆ, ਕਦੀ ਤੂੰ ਸਾਈਕਲ ਚਲਵਾ, ਇਹ ਸਿਰਫ ਇਹ ਸਾਨੂੰ ਮਾਰਨਾ ਚਾਹੁੰਦਾ ਹੀ, ਇਹ ਕੰਮ ਕਰਨਾ, ਨਹੀਂ ਨਹੀਂ ਮੈਡਮ ਤੁਸੀਂ ਮੇਰੀ ਗੱਲ ਸੁਣੋ, ਫਿਰ ਨਾ ਇੱਕ ਕੰਮ ਕਰ ਲਓ ਜੀ, ਬੋਲੋ, ਇਹ ਫਿਰ ਉਧਰੋਂ ਆਣ, ਅੱਛਾ ਠੀਕ ਹੈ, ਇਹਨਾਂ ਨਾਲ ਇੰਜ ਤੇ ਚਲਾ ਲੈਂਦੇ ਨਾ, ਇੰਜ ਇੰਜ ਚਲਾ ਕੇ ਨਾ, ਤੁਸੀਂ ਮੋਬਾਈਲ ਯੂਜ਼ ਕਰ ਰਹੇ ਹੋਵੋਗੇ, ਇਹ ਤੁਹਾਨੂੰ ਆ ਕੇ ਕਹਿੰਦੇ ਆਈ ਲਵ ਯੂ, ਠੀਕ ਹੈ, ਅੱਗੋਂ ਤੁਸੀਂ ਮੈਂ ਤੁਹਾਨੂੰ ਸੀਨ ਸਮਝਾ ਦਿਆਂਗਾ, ਠੀਕ ਹੈ, ਹੁਣ ਤਿਆਰ ਰੱਖਣਾ ਕੈਮਰਾ, ਠੀਕ ਹੈ, ਕਿਵੇਂ ਜਦੋਂ ਘਰ ਚਲਾਉਣਾ, ਇਹ ਫੜੋ, ਫੜ ਲਿਆ, ਇੱਥੇ ਆਓ ਮੈਡਮ ਜੀ, ਤੁਸੀਂ ਪਿੱਛੇ ਜਾਓ, ਤੇਰਾ ਖਲੋ ਜਾਏ, ਪਿੱਛੇ ਜਾ, ਮੈਨੂੰ ਆਰਾਮ ਨਾਲ ਗੱਲ ਕਰ, ਜੀ ਕਿਆ ਕਰ, ਕੁੱਤੇ ਦੇ ਪੁੱਤਰਾ ਤੈਨੂੰ ਵੱਡਿਆਂ ਨਾਲ ਬੋਲਣ ਦੀ ਤਮੀਜ਼ ਹੀ ਨਹੀਂ ਹੈਗੀ, ਸਰ ਪਿੱਛੇ ਚੱਲੇ ਜਾਏ, ਹਾਂ ਇੰਜ ਕਹੋ, ਹਾਂਜੀ ਦੱਸੋ, ਬਕਵਾਸ ਕਰੋ, ਮੈਡਮ ਜੀ ਆਪ ਇਧਰ ਖੜੇ ਹੈ, ਐਸੇ ਇਹ ਆਪ ਫੋਨ ਲੈ ਕੇ ਖੜੇ ਹੈ, ਇਹ ਦੇਖ, ਇਹ ਦੇਖੇ, ਇਧਰ ਆਏ,
ये इधर आए हैं आप। अच्छा, मैं उधर हूं। ये आप खड़े हैं जी। ये आपने पास सर जी आप पास से गुजरेंगे जी, गुजर रही है। आपने इनको कहना है आई लव यू। अच्छा, वहां से सीन कट होगा, फिर मैं इनको समझाऊंगा। अच्छा जी, मैं ऑटो जाएंगा करके जी। ऑटो जाएंगे ना आई लव यू कह के? नहीं नहीं, आप आउट नहीं होंगे, फिर यहाँ खड़े होंगे ना। अच्छा ठीक है, फिर ठीक है, गाड़ी करा। चलो जी, कैमरा रेडी करना है। आए, आई लव यू, आई लव यू। सर जी ए की किता है, चुम्मा क्यों ले आज? मेरी मर्जी, मैं चुम्मा लिया, तू मामा लगना ए सीन च है मेरा। मेनू की पता, मैं इंज नहीं नहीं इंज नहीं करना, इंज कराने। चलो दोबारा दो करा, दोबारा नहीं है। चुम्मे क्यों ले रहे हो? चलो जी, मैं नहीं लेंदा चुम्मा, तेरी भैन दा चुम्मा ले लिया मैं। ਭਾਜੀ ਤੁਸੀਂ ਆ ਕੇ ਇੱਕ ਲੜਕੀ ਨੂੰ ਤੁਸੀਂ ਕੀ ਕਹਿਣਾ? ਮੈਂ ਫਹਾਸ਼ੀ ਨਹੀਂ ਫਲਾਣਾ ਚਾਹ ਰਿਹਾ ਜੋ ਅੱਜ ਕੱਲ ਹੋ ਰਿਹਾ। ਜੋ ਤੂੰ ਫਹਾਸ਼ੀ ਫਲਾਣਾ, ਕੋਈ ਵੀ ਨਹੀਂ ਫਲਾਣਾ, ਸਾਨੂੰ ਫਲਾਣਾ ਤੂੰ ਬਦਤਮੀਜ਼ ਆ ਪੁੱਤਰ। ਕੱਲ ਬਾਤ ਸਹੀ, ਸਾਨੂੰ ਬਦਤਮੀਜ਼ ਆ, ਅਸੀਂ ਇਹਨੇ ਫੈਮਲੀਆਂ ਵਾਲੀ ਫਿਲਮ ਬਣੇ, ਤੂੰ ਫੈਮਲੀਆਂ ਨਹੀਂ ਬਣਾ ਰਿਹਾ, ਤੂੰ ਬਦਤਮੀਜ਼ੀ ਕਰਨ ਰਿਹਾ। ਚੁੰਮਾ ਤੁਸੀਂ ਲੈ ਰਹੇ ਹੋ? ਮੈਂ ਲੈ ਰਿਹਾ ਨਹੀਂ ਲੈਂਦਾ ਮੈਡਮ ਜੀ, ਉਹਨਾਂ ਕੋਲ ਚੁੰਮਾ ਨਹੀਂ ਲੈਣਾ। ਚਲੋ ਚੁੰਮਾ ਨਾ ਲਵੋ। ਚਲੋ ਨਹੀਂ ਲੈਂਦਾ। ਚਲੋ ਜੀ, ਆਈ ਲਵ ਯੂ ਬੋਲੇ। ਇੱਕ ਮਿੰਟ ਇੱਕ ਮਿੰਟ ਯਾਰ, ਤੈਨੂੰ ਕਿੰਨੀ ਕੁ ਕਾਲ ਹੈ? ਕੁੱਤੇ ਦੇ ਆ ਬੱਚੇ, ਕੁੱਤੇ ਦੇ ਆ ਬੱਚੇ। ਆ ਕਰਾ ਵੀ ਲਾ, ਗਰਮੀ ਦਾ ਕੀ? ਓ ਭਾਈ, ਰਾਮ ਨਾਲ ਬੋਲ ਕੀ ਆ? ਰਾਮ ਨਾਲ ਬੋਲਣ ਦੇ ਆ, ਮੈਂ ਹੋਰ ਕਿਵੇਂ ਬੋਲਾਂ ਯਾਰ? ਕੀ ਯਾਰ, ਤੂੰ ਮੈਂ ਕੀ ਇੰਜ ਦੇ ਆ? ਮੈਂ ਸਾਈਕਲ ਮਾਰਨਾ ਤੈਨੂੰ। ਮੈਨੂੰ ਲੱਗਦਾ ਇਹਨੇ ਸ਼ੂਟਿੰਗ ਨਹੀਂ ਕਰਾਣੀ। ਓ ਨਹੀਂ ਨਹੀਂ ਮੈਡਮ, ਇੱਕ ਮਿੰਟ ਮੈਨੂੰ ਲੱਗਦਾ ਪਿਆ, ਇੱਕ ਮਿੰਟ। ਚਲੇ ਜੀ ਮੈਡਮ ਜੀ, ਪਲੀਜ਼ ਚਲੇ। ਆਖਰੀ ਵਾਰ ਹੀ ਹੈ ਸਰ, ਉਹ ਇਹ ਕੈਮਰੇ ਕੀ ਤਰਫ ਦੇਖੇ ਪਹਿਲੇ? ਇਧਰ ਦੇਖੇ ਸਰ, ਇਹ ਸਟਾਰਟ ਸਾਊਂਡ ਕੈਮਰਾ ਐਕਸ਼ਨ ਚਲੇ। ਆਈ ਲਵ ਯੂ एक दफा और बोले। आई लव यू, आई लव यू। ओके, क्या बात है, क्या बात है सर, क्या बात है सर जी, यही सीन चाहिए था। क्या बात है, क्या बात है, क्या बात है, क्या बात है मैडम जी, क्या बात है, सीन हो गया। क्या बात है सर, क्या बात है, ठीक है सर, बैठे सर, सर क्या बात है, सीन सर, सर आई लव यू। अज तक इंज दा लव यू किसी ने नहीं बोलिया। क्या बात है सर, क्या बात है, ठीक है, क्या बात है सर जी। मेरे फिफड़े बाहर निकलेंगे, तेनू कहेंगे ठीक ठीक। मैडम जी यही चीज चाहिए थी। मैडम जी डन हो गया, ये पहला शॉट है। तो गाने का सीन है एक छोटा सा। किसके साथ? इनके साथ ही। अभी टाइम? हाँ जी अभी टाइम नहीं है, थोड़ा जहा मैडम जी। गाने का शॉट है, एक सीन हो गया आई लव यू का, अगों फॉरन असी एक सैट के उत्ते आही बनाया है मैडम जी। टाइम नहीं है ना, अभी नहीं, टाइम बहुत ओवर हो गया, और अभी रहने दें, फिर नेक्स्ट कर लेंगे। कल कर लें जी? कल कर, कल कर लेगा, कल कर लेगा। एडे मेरा कलेजा काट बाहर कराना ही, ये बगैरा की फिल्म उकड़ी नहीं, मर जाना। अच्छा कल कितने बजे आ जाएंगे? कल हम 10-11 बजे इंशाल्लाह आ जाएंगे। चलो ਭਾਈ ਕੀ ਜੇ, ਮੈਂ ਕੀ ਕਹਿ ਰਿਹਾ ਤੁਹਾਨੂੰ? ਨਹੀਂ ਇਹ ਬਤ ਵੇਲੇ